ਜੀ ਸਰੋਤ ਸੁਣ ਰਹੇ ਹੋ ਰੇਡੀਓ ਜਨ ਪ੍ਰਦੇਸ਼ ਤੇ ਜੀ ਪ੍ਰੋਗਰਾਮ ਚੱਲ ਸਰ ਰਿਹਾ ਸੰਦੀਪ ਲਾਈਵ ਤੇ ਮੈਂ ਤੁਹਾਡਾ ਦੋਸਤ ਅਤੇ ਹੋਸਟ ਗੁਰਪ੍ਰੀਤ ਸਿੰਘ ਚਾਹਲ ਤੇ ਗੱਲ ਕਰੀਏ ਆਪਾਂ ਕੱਲ੍ਹ ਜਿਹੜੀ ਹੋਈ ਆ ਘਟਨਾ ਲੁਧਿਆਣਾ ਦੇ ਵਿੱਚ ਉਸ ਘਟਨਾ ਦੇ ਉੱਤੇ ਜ਼ਿਆਦਾ ਗੱਲਬਾਤ ਕਰਨ ਦੇ ਲਈ ਇਸ ਇਲਾਕੇ ਤੋਂ ਉੱਘੇ ਜਿਹੜੇ ਆ ਇੱਕ ਕਹੀਏ ਸੇਵਾਦਾਰ ਕਹੀਏ ਤੇ ਜਾਂ ਸਿਆਸਤ ਦੇ ਵਿੱਚ ਇੱਕ ਉੱਚਾ ਨਾਮ ਰੱਖਣ ਵਾਲੇ ਗਿਆਸਪੁਰਾ ਸਾਹਿਬ ਦੇ ਬੇਟੇ ਜਸਪਾਲ ਸਿੰਘ ਗਿਆਸਪੁਰਾ ਮੇਰੇ ਨਾਲ ਲਾਈਨ ਤੇ ਜੁੜ ਚੁੱਕੇ ਨੇ, ਕੌਂਸਲਰ ਨੇ ਉਸ ਇਲਾਕੇ ਤੋਂ ਤੇ ਮੇਰੇ ਨਾਲ ਲਾਈਨ ਤੇ ਆ। ਗਿਆਸਪੁਰਾ ਸਾਹਿਬ ਸਵਾਗਤ ਜੀ, ਆਇਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਸਰ। ਗਿਆਸਪੁਰਾ ਸਾਹਿਬ ਕੱਲ੍ਹ ਜਿਹੜੀ ਜਿਸ ਤਰ੍ਹਾਂ ਦਿਨ ਚੜ੍ਹੀਆ ਹੁੰਦੀ ਆ ਤੇ ਜਿਹੜੀ ਮੰਦਭਾਗੀ ਖਬਰ ਆਉਂਦੀ ਆ ਤੇ ਇਹਨੇ ਜੀ ਪੂਰੀ ਦੁਨੀਆ ਦੇ ਵਿੱਚ ਜਿੱਥੇ ਵੀ ਪੰਜਾਬੀ ਬੈਠੇ ਆ ਸਾਰਿਆਂ ਨੂੰ ਇੱਕ ਤਰ੍ਹਾਂ ਨਾਲ ਜਿਹੜਾ ਇੱਕ ਇਹਦੇ ਵੱਲ ਧਿਆਨ ਲੱਗਦਾ ਸਾਰਿਆਂ ਦਾ ਤੇ ਸਭ ਨੂੰ ਇਸ ਚੀਜ਼ ਜੀ ਦਾ ਦੁੱਖ ਵੀ ਬਹੁਤ ਹੋਇਆ ਤੇ ਜਿਹੜੀ ਹੈ ਇਹਦਾ ਕਾਰਨ ਕੁਛ ਲੱਭ ਸਕਿਆ ਪ੍ਰਸ਼ਾਸਨ ਵੱਲੋਂ, ਕਿਸ ਤਰ੍ਹਾਂ ਦੀ ਜਾਂਚ ਚੱਲ ਰਹੀ ਆ? ਦੇਖੋ ਜੀ ਸਰ, ਜਾਂਚ ਤਾਂ ਹਜੇ ਕਿਸੇ ਪਾਸੇ ਲੱਗੀ ਨਹੀਂ ਹੈ। ਜੀ ਇਦੋਂ ਮੰਦਭਾਗਾ ਔਰ ਇਦੋਂ ਦੁਖਦਾਈ ਨਹੀਂ ਹੋ ਸਕਦਾ। ਪਰਿਵਾਰ ਖਤਮ ਹੋ ਜਾਣੇ, ਬੱਚੇ ਚਲੇ ਜਾਣੇ। ਜੀ ਪਿਛਲੇ 5-6 ਸਾਲਾਂ ਦੌਰਾਨ ਮੈਂ ਵਿਰੋਧੀ ਧਿਰ ਦਾ ਲੀਡਰ ਸੀ ਮਿਊਂਸੀਪਲ ਕਾਰਪੋਰੇਸ਼ਨ ਚ। ਜੀ ਮੇਰੇ ਖਿਆਲ ਮੈਂ ਕੈਪਟਨ ਅਮਰਿੰਦਰ ਸਾਹਿਬ ਨੂੰ 5-7 ਚਿੱਠੀਆਂ ਦੱਸ ਪਾਈਆਂ ਤੇ ਹਾਊਸ ਦੇ ਵਿੱਚ ਵੀ ਬੜਾ ਰੌਲਾ ਪਾਇਆ ਵੀ ਇਹ ਮਾਫੀਆ ਇੱਕ ਵੀ ਉਹ ਜਿਹੜਾ ਟੈਂਕਰ ਵਾਲਾ ਵੀ ਜਿਹੜਾ ਨਿਕਲ ਦਾ ਪਾਣੀ ਡੈਂਗਾ ਦਾ ਪਾਣੀ ਲਿਆ ਕੇ ਸੀਵਰੇਜਾਂ ਦੇ ਵਿੱਚ ਸੁੱਟਦਾ ਹੈ, ਰੈਜ਼ੀਡੈਂਸ ਸੀਵਰੇਜ ਦੇ ਵਿੱਚ। ਵੀ ਜੀ ਉਹਦੇ ਨਾਲ ਇੱਕ ਤਾਂ ਪਾਣੀ ਦੇ ਪਾਈਪ ਪਾੜ ਜਾਂਦੇ ਆ ਤੇ ਦੂਸਰਾ ਇਹ ਬਹੁਤ ਹੀ ਵੱਡਾ ਮਾਫੀਆ, ਇਹਨੂੰ ਹੱਥ ਪਾਓ, ਇਹਨੂੰ ਨੱਥ ਪਾਓ। ਪਰ ਇਹ ਮਾਫੀਆ ਏਡਾ ਵੱਡਾ, 6-7 ਸਾਲ ਤੋਂ ਕਿਸੇ ਵੀ ਅਫਸਰ ਜਾਂ ਕਿਸੇ ਵੀ ਮੇਅਰ ਨੇ ਜਾਂ ਕਿਸੇ ਨੇ ਵੀ ਮੇਰੀ ਗੱਲ ਦਾ ਕੋਈ ਗੌਰ ਨਹੀਂ ਕੀਤਾ ਪਿਛਲੇ 6 ਸਾਲਾਂ ਚ। ਜੀ ਉਹਦਾ ਇੱਕ ਨਤੀਜਾ ਹੈ, ਹੁਣ ਸਾਰੇ ਅਫਸਰ ਚੋਰੀ ਚੋਰੀ ਫੋਨ ਕਰਦੇ ਆ ਕਿ ਤੁਸੀਂ ਬਿਲਕੁਲ ਸਹੀ ਭਿੱਟਦੇ ਸੀ ਜੀ, ਬਿਲਕੁਲ ਸਹੀ। ਤੇ ਆ ਕੇ ਜੀ ਕਿਸੇ ਨੇ ਪਾਣੀ ਸਿੱਟਿਆ ਆਪਦੀ ਨਿਕਲ ਦਾ, ਜਿਹੜਾ ਪਲੇਟਡ ਪਾਣੀ ਹੁੰਦਾ ਨਿਕਲ ਦਾ ਜਿਹੜਾ ਸਾਫ ਜਿਹੜਾ ਫੈਕਟਰੀ ਕਰਦੇ ਦੇ ਆ। ਵਿੱਚ ਤੁਹਾਡਾ ਜਿਹੜਾ ਹਾਂ ਬੇਸ ਬਿਲਕੁਲ, ਪਾਣੀ ਦੇ ਬੇਸ ਤੇ ਜਿਹੜੀ ਹੈਗੀ ਆ ਬਹੁਤ ਗੰਦਾ ਪਾਣੀ ਹੁੰਦਾ ਜੀ। ਉਹਦੇ ਨਾਲ ਜੇ ਤੁਸੀਂ ਪੈਰ ਦਾ ਛਿੱਟਾ ਪੈ ਜਾਵੇ ਸਾਰਾ ਸਰੀਰ ਛਿੱਟਾ ਦਾ ਖਰਾਬ ਹੋ ਜਾਂਦਾ, ਇਹ ਥੋੜਾ ਜਿਹਾ ਸਮਝਾਇਆ ਡਾਇਰੀਆ। ਸਾਨੂੰ ਇਹ ਕੀ ਇਹਦੇ ਵਿੱਚ ਕੋਈ ਕੈਮੀਕਲ ਹੁੰਦਾ ਹੈ ਗਿਆਸਪੁਰਾ ਸਾਹਿਬ, ਕੀ ਸੀ ਹਾਂਜੀ ਜਾਣਦੇ? ਹਾਂਜੀ ਬਹੁਤ ਖਤਰ, ਵੈਸੇ ਮੈਨੂੰ ਪੂਰੀ ਨੌਲੇਜ ਨਹੀਂ ਇੰਡਸਟਰੀ ਦੀ, ਪਰ ਇਹ ਜੇ ਇਹੋ ਜਿਹਾ ਕੈਮੀਕਲ ਹੁੰਦਾ ਵੀ ਜਿਹੜਾ ਇੱਕ ਪਾਈਪ ਹੁੰਦਾ ਪਾਣੀ ਦਾ ਜੇ ਉਹਦੇ ਵਿੱਚ ਵੀ ਲੱਗ ਜੇ ਉਹਦੇ ਵਿੱਚ ਵੀ ਛੇਦ ਕਰ ਦਿੰਦਾ ਓ, ਜਿਹੜਾ ਇਹ ਕੈਮੀਕਲ ਪਰ ਸੁੱਟਦੇ ਇੰਨੀ ਉਹਦੇ ਵਿੱਚ। ਅਣਗਹਿਲੀ ਕਿਉਂ ਵਰਤੀ ਜਾ ਰਹੀ ਹੈ ਪ੍ਰਸ਼ਾਸਨ ਨੂੰ ਵੀ ਇਹਨਾਂ ਚੀਜ਼ਾਂ ਬਾਰੇ ਨਹੀਂ ਪਤਾ, ਤੁਸੀਂ ਕਹਿੰਦੇ ਵਾਰ ਵਾਰ ਤੁਸੀਂ ਲਿਖਿਆ ਆ। ਛੇ 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 ਚਿੱਠੀਆਂ 7 ਚਿੱਠੀਆਂ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੀਆਂ ਜੀ, ਮੁੱਖ ਮੰਤਰੀ ਪੰਜਾਬ ਜਿਹੜੇ ਰਹਿੰਦੇ ਸੀ। ਜੀ ਹੁਣ ਵੀ ਆ ਸਾਲ ਪੂਰਾ ਨਿਕਲ ਗਿਆ ਆਮ ਆਦਮੀ ਪਾਰਟੀ ਦਾ, ਮੇਰੀ ਹਾਊਸ ਦੀ ਹਰੇਕ ਮੀਟਿੰਗ ਦੀ ਵੀਡੀਓ ਰਿਕਾਰਡਿੰਗ ਕੱਢ ਲੈਣ, ਹਰੇਕ ਹਾਊਸ ਦੀ ਮੀਟਿੰਗ ਪਹਿਲਾ ਮੁੱਦਾ ਮੇਰਾ ਇਹ ਹੁੰਦਾ ਸੀ ਵੀ ਇਹਨਾਂ ਨੂੰ ਰੋਕੋ, ਇਹ ਪਾਣੀ ਪਾਉਂਦੇ ਨੇ ਵਿੱਚ, ਇਹਦੇ ਨਾਲ ਬਹੁਤ ਵੱਡਾ ਨੁਕਸਾਨ ਹੋਊਗਾ ਕਿਸੇ ਦਿਨ, ਵੀ ਇਹਦੇ ਨਾਲ ਡਾਇਰੀਆ ਫੈਲ, ਮੈਂ ਪਹਿਲਾਂ ਡਾਇਰੀਆ ਤੱਕ ਹੀ ਸਮਝਦਾ ਸੀ ਵੀ ਡਾਇਰੀਆ ਫੈਲ ਜਾਂਦਾ, ਬੱਚਿਆਂ ਦੇ ਪੇਟ ਖਰਾਬ ਹੁੰਦੇ ਕਿਉਂਕਿ ਬਹੁਤੀ ਆਬਾਦੀ ਉੱਥੇ ਯੂਪੀ ਬਿਹਾਰ ਵਾਲੇ ਜ਼ਿਆਦਾ। ਹਾਂ ਸਾਡੇ ਜਿਹੜੇ ਲੇਬਰ ਜਿਹੜੀ ਲੇਬਰ ਜ਼ਿਆਦਾ ਦੱਬਕੇ ਆ, ਹਾਂਜੀ ਉਹ ਸੰਘਣੀ ਆਬਾਦੀ ਆ, ਉਹਨਾਂ ਦੀ ਇੰਡਸਟਰੀ ਦੇ ਵਿੱਚ ਰੈਜ਼ੀਡੈਂਸ ਏਰੀਆ ਹੈ ਮੇਰਾ। ਮੈਂ ਕਿਹਾ ਜੀ ਇਹਨੂੰ ਸੰਭਾਲੋ, ਜੇ ਤੁਸੀਂ ਨਾ ਇਹਨੂੰ ਤੇ ਗੌਰ ਕੀਤੀ ਬਹੁਤ ਨੁਕਸਾਨ ਹੁੰਦਾ। ਅੱਜ ਵੀ ਜੇ ਤੁਸੀਂ ਆਲੇ ਦੁਆਲੇ ਦੇ ਹਸਪਤਾਲਾਂ 'ਚ ਦੇਖੋ ਤੇ ਬੱਚੇ ਡਾਇਰੀਏ ਦੇ ਨਾਲ ਅੱਜ ਵੀ ਬਿਮਾਰ ਪਏ ਨੇ ਲੋਕ, ਬੱਚੇ ਬੜੇ। ਪਰ ਡਾਇਰੀਆ ਤਾਂ ਛੱਡੋ, ਹੰਝਾ ਜਿਹੜੀ ਆ ਗੈਸ ਫੈਲੀ ਆ ਜੀ ਉਹ ਕਹੀ ਜਾਂਦੇ, ਦੇਖੋ ਕਿੱਡਾ ਵੱਡਾ ਝੂਠ ਇੱਕ ਅਫਸਰ ਸਾਹਿਬਾਨ ਫਲਾਉਂਦੇ ਵੀ ਕੋਲਡ ਸਟੋਰ, ਉਹ ਕੋਲਡ ਸਟੋਰ ਨਹੀਂ ਸੀ, ਉਹ ਤਾਂ 45 ਗਜ ਦੀ ਇੱਕ ਗਰੀਬ ਦੀ ਦੁਕਾਨ ਸੀ ਜਿਹੜਾ ਦੁੱਧ ਵੇਚਦਾ ਸੀ ਫਰਿੱਜ 'ਚ ਰੱਖ ਕੇ, ਉਹ 45-50 ਗਜ ਦੀ ਦੁਕਾਨ ਸੀ ਜਿਹੜਾ ਦੁੱਧ ਵੇਚਦਾ ਸੀ, ਉਹਦੇ ਵਿੱਚ ਜੇ ਗੈਸ, ਉਹਦੀ ਗੈਸ ਕੋਈ ਲੀਕ ਹੀ ਨਹੀਂ ਹੋ ਸਕਦੀ, 230 ਲੀਟਰ ਦੀ ਉਹਦੀ ਵਿਚਾਰੇ ਦੀ ਫਰਿੱਜ ਹੋਊ ਗਰੀਬ ਦੀ, ਜੀ ਉਹਦੀ ਉਹਦੀ ਫਰਿੱਜ ਦੀ ਗੈਸ ਨਾਲ ਕਿਉਂ ਮਰਨਾ ਬਾਹਰ ਜਾ ਜਾ ਕੇ ਲੋਕਾਂ ਨੇ, ਉਹ ਤਾਂ 900 ਮੀਟਰ ਦੇ ਏਰੀਏ 'ਚ ਜਿਹਨੇ ਵੀ ਗੈਸ ਲਈ ਤਾਂ ਉਹ ਵੀ ਮਰ ਗਿਆ, ਉਸ ਉਹਦੀ ਫਰਿੱਜ ਨਾਲ ਕੁਛ ਨਹੀਂ ਹੋਇਆ, ਇਹ ਸਾਰਾ ਕੁਛ ਇਹ ਪਾਣੀ ਜਿਹੜਾ ਇਹਨਾਂ ਨੇ ਪਾਇਆ ਉਹਦੇ ਵਿੱਚ, ਉਹੀ ਹਾਈਡਰੋਜਨ ਕਹਿੰਦੇ ਕੋਈ ਗੈਸ ਹੁੰਦੀ ਆ ਉਹ ਬਣ ਕੇ ਬਾਹਰ ਨਿਕਲੀ ਆ। ਲੋਕਾਂ ਦਾ ਇੰਨੀ ਵੱਡੀ ਹਾਂ ਵੱਡੀ ਇਹ ਲੋਕ ਕੈਜੂਅਲਿਟੀ ਹੋਈ ਜਿਹੜਾ ਜਾਵੇ। ਜਿਹੜਾ ਹਾਂ ਜਿਹੜਾ 900 ਮੀਟਰ ਜਾਂ 1000 ਮੀਟਰ 'ਚ ਲੋਕ ਆਈ ਗਏ, ਮੈਂ ਜਦੋਂ 8:30-9 ਵਜੇ ਪਹੁੰਚਿਆ ਤੇ ਮੌਜੂਦਾ MLA ਸਾਹਿਬ ਵੀ ਉੱਥੇ ਪਹੁੰਚ ਗਏ ਸੀ, ਜਦੋਂ ਇੰਨੀ ਗੈਸ ਤੇਜ਼ ਸੀ ਜਿਹੜਾ ਮੁਲਾਜ਼ਮ ਚੱਕ ਰਹੇ ਸੀ ਉਹ ਵੀ 2 ਬੇਹੋਸ਼ ਹੋ ਗਏ। ਮੈਂ ਤੇ MLA ਸਾਹਿਬ ਵੀ ਅਸੀਂ ਪਿੱਛੇ ਹਟੇ, ਸਾਨੂੰ ਵੀ ਨੀ ਗਿਆ, 8:45 ਚੜ੍ਹਨ ਲੱਗ ਗਈ, ਬੜਾ ਦੁਖਦਾਈ ਆ। ਹਾਂ ਬਹੁਤ, ਮੈਨੂੰ ਕਮਿਸ਼ਨਰ ਕਾਰਪੋਰੇਸ਼ਨ ਸ਼ਾਇਨਾ ਅਗਰਵਾਲ ਜੀ ਦਾ ਹੀ ਫੋਨ ਆਇਆ, ਹੁਣ ਨਵੇਂ ਲੱਗੇ ਨੇ ਵੀ ਗਿਆਸਪੁਰਾ ਸਾਹਿਬ ਵੀ ਬੜੀ ਮਾੜੀ ਗੱਲ ਆ, ਮੈਂ ਇਹਦੀ ਪੂਰੀ ਇਹਦੀ ਫੁਟੇਜ ਕਢਾਵਾਂਗੇ ਜੀ ਹੁਣ ਵੀ ਕਿਹੜੇ ਟੈਂਕਰ ਵਾਲੇ ਨੇ ਪਾਣੀ ਛੱਡਿਆ ਜਾਂ ਕਿਹੜੀ ਫੈਕਟਰੀ ਵਾਲੇ ਨੇ ਪਾਣੀ ਛੱਡਿਆ। ਮੈਂ ਤਹਿ ਤੱਕ ਲੈ ਕੇ ਜਾਣਾ ਕਿਉਂਕਿ ਮੈਂ ਜਦੋਂ ਅੱਖਾਂ ਦੇ ਸਾਹਮਣੇ ਆਪਦੇ ਬੱਚੇ 3
ਆਪਦੀ ਬੇਟੀ ਦੀ ਹਾਣ ਦੀ ਇੱਕ ਕੁੜੀ ਉੱਥੇ ਮਰੀ ਪਈ ਦੇਖੀ ਆ, ਉਹ ਦਿਮਾਗ ਚੋਂ ਨਿਕਲ ਨਹੀਂ ਰਹੀ। ਬਿਲਕੁਲ ਸਿਆਸਤ ਹੋਵੇ ਨਾ ਹੋਵੇ ਪਰ ਇਹਨੂੰ ਅੰਤ ਤੱਕ ਲੈ ਕੇ ਜਾਣਾ ਹੈ। ਸਰਗਨਾ ਤੇ ਕਿਹੜੇ ਅਮੀਰ ਆਦਮੀਆਂ ਦੀ ਫੈਕਟਰੀਆਂ ਤੇ ਜਿਹੜਾ ਪਾਣੀ ਆਇਆ, ਕੀ ਕੀ ਸਮਝਦੇ ਹੋ ਇਹਨਾਂ ਦੇ ਕਿਹੜੇ ਲੋਕ ਨੇ ਜਿਹੜੇ ਪਿੱਛੇ ਇਹਨਾਂ ਦੇ ਜਿਹੜੇ ਕੰਮ ਕਰਦੇ ਨੇ ਗਿਆਸਪੁਰਾ ਸਾਹਿਬ? ਇਹ ਟੈਂਕਰ ਆ ਜੀ, ਇੱਕ ਟੈਂਕਰ ਦਾ ਸਰਗਨਾ ਹੈ, ਡਾਇੰਗ ਤੇ ਕੈਮੀਕਲ ਦੇ ਯੂਨਿਟ ਦਾ ਪਾਣੀ ਚੱਕਦੇ ਨੇ। ਉਹਨਾਂ ਨੂੰ ਕਹਿੰਦੇ ਆ ਪਾਣੀ ਅਸੀਂ ਤੁਹਾਡੀ ਫੈਕਟਰੀ ਚੋਂ ਚੱਕਦੇ ਹਾਂ ਜਿੱਥੇ ਮਰਜ਼ੀ ਸਿੱਟੀਏ। ਜੀ ਜਿਹੜਾ ਖਾਲੀ ਪਲਾਟ ਹੁੰਦਾ ਉਹ ਸਿੱਟ ਦਿੰਦੇ ਆ, ਕਿਤੇ ਦੂਰ ਲਿਜਾ ਕੇ ਖੇਤ 'ਚ ਸਿੱਟ ਦਿੰਦੇ ਜੱਟ ਦੇ, ਜੀ ਤੇ ਇੱਧਰ ਲਿਆ ਕੇ ਐਂ ਸਿੱਟ ਦਿੰਦੇ ਆ ਜਾਂ ਸੀਵਰੇਜ ਸੜਕਾਂ ਦੇ ਪਾਉਣ ਉੱਤੇ ਲੈ ਕੇ ਅਸੀਂ ਦੇਖਦੇ ਹਾਂ ਜੀਟੀ ਰੋਡ ਤੇ ਸੜਕਾਂ ਵੀ ਤੇ। ਕਈ ਵਾਰੀ ਹਾਂ ਜੀਟੀ ਰੋਡ ਤੇ ਦੇਖੋ ਦੀ ਸ਼ੇਰਪੁਰ ਚੌਂਕ ਦੇ ਵਿੱਚ ਕਈ ਵਾਰ ਲਾਲ ਲਾਲ ਪਾਣੀ ਹੁੰਦਾ, ਮੈਂ ਬੜਾ ਪਿੱਟਿਆ ਵੀ ਲਾਲ ਪਾਣੀ ਕਿਵੇਂ ਨਿਕਲਿਆ ਜੀ ਉੱਥੇ ਪਾਣੀ, ਲਾਲ ਪਾਣੀ ਕੜਾ। ਪਿਛਲੇ ਸਾਲ ਮੈਂ ਮੇਅਰ ਸਾਹਿਬ ਨੂੰ ਕਿਹਾ ਲਾਲ ਪਾਣੀ ਕੜਾ, ਉਹ ਲਾਲ ਪਾਣੀ ਸਾਰਾ ਫੈਕਟਰੀਆਂ ਦਾ, ਰੈਜੀਡੈਂਸ ਸੀਵਰੇਜ ਦੇ ਵਿੱਚ ਇਹ ਪਾਣੀ ਕਿਵੇਂ ਆ ਗਿਆ? ਤੁਸੀਂ ਮਾੜਾ ਮੋਟਾ ਗੌਰ ਕੀ ਕਰੋ, ਜਵਾਬ ਸੀ ਗਿਆਸਪੁਰਾ ਸਾਹਿਬ ਉਹਨਾਂ ਦਾ ਜਦੋਂ ਬਸ ਤੁਸੀਂ ਮੁੱਦੇ ਕਰਾਉਨੇ ਆ ਪੁੱਛੇ? ਜੀ ਚੈੱਕ ਕਰਦੇ ਆ ਜੀ, ਕਰਾਉਨੇ ਆ ਜੀ ਚੈੱਕ ਕਰਦੇ ਆ ਜੀ, ਪਰ ਕਿਸੇ ਨੇ ਗੌਰ ਹੀ ਨਹੀਂ ਕੀਤੀ। ਉਹ ਸਰਗਨਾ ਹੀ ਐਡਾ ਵੱਡਾ ਉਹ ਟੈਂਕਰ ਵਾਲਾ, ਕੋਈ ਹੱਥ ਨਹੀਂ ਵੱਡੇ ਪਾਉਂਦਾ ਆਦਮੀ ਉਹਨਾਂ ਨੂੰ, ਸਰਕਾਰੀ ਪਹੁੰਚ ਨਾ ਹੈ ਜੀ, ਕੀ ਉਹਨਾਂ ਦੀ ਸਿਆਸੀ ਪਹੁੰਚ ਆ ਉਹਨਾਂ ਬਹੁਤ ਲੋਕਾਂ ਦੀ? ਬਹੁਤ ਬਹੁਤ ਤਕੜੀ ਸਿਆਸੀ ਦੇ ਅਫਸਰਾਂ ਦੀ ਪਹੁੰਚ ਆ। ਮੈਂ ਲੁਧਿਆਣੇ ਦੇ ਸਾਬਕਾ ਮੇਅਰ ਦਾ ਮੁੰਡਾ, ਦੂਜੀ ਵਾਰ ਕੌਂਸਲਰ ਆ, ਵਿਰੋਧੀ ਧਿਰ ਦਾ ਲੀਡਰ ਆ, 6 ਸਾਲ ਦਾ ਬਿਆਨ ਦੇ ਰਿਹਾ, 6 ਸਾਲ ਦਾ ਚਿੱਠੀਆਂ ਪਾ ਰਿਹਾ, ਮੇਰੀ ਕਿਸੇ ਚਿੱਠੀ ਦਾ ਜਵਾਬ ਨਹੀਂ ਦਿੱਤਾ। ਬਿਲਕੁਲ ਇੱਥੇ ਕਮਿਸ਼ਨਰ ਪ੍ਰਦੀਪ ਸੱਭਰਵਾਲ ਸੀ, 2.5 ਸਾਲ ਰਹੇ ਆ, ਉਹਨਾਂ ਨੂੰ ਮੈਂ 5 ਚਿੱਠੀਆਂ ਪਾਈਆਂ। ਮੈਂ ਕਿਹਾ ਜੀ ਇੱਥੇ ਤੁਸੀਂ ਗੌਰ ਤਾਂ ਕਰੋ, ਇਹ ਗੌਰ ਕਰੋ, ਇਹ ਨੁਕਸਾਨ ਹੋਊਗਾ, ਇਹ ਉਹਦਾ ਹੀ ਨਤੀਜਾ। ਇਹ ਜਦੋਂ ਤੁਹਾਡੇ ਵਰਗੇ ਲੋਕਾਂ ਦੀਆਂ ਚਿੱਠੀਆਂ ਦਾ ਜਵਾਬ ਨਹੀਂ ਆਉਂਦਾ, ਆਮ ਲੋਕਾਂ ਦੀਆਂ ਦਰਖਾਸਤਾਂ ਦਾ ਕੀ ਬਣਦਾ ਹੋਊਗਾ? ਦਰਖਾਸਤ ਦੇਖੋ ਕੀ ਇੱਥੇ ਹਾਲ ਹੋਊਗਾ। ਗਰੀਬ ਆਦਮੀ ਨੇ ਸਾਨੂੰ ਬੜਾ ਤਰਸ ਆਉਂਦਾ ਵੀ ਬੱਚਾ ਦਾ, ਕਿਸੇ ਦਾ ਵੀ ਗਰੀਬ ਦਾ ਅਮੀਰ ਦਾ ਹੋਵੇ, ਕਿ ਪਰਿਵਾਰ ਹੀ ਖਤਮ ਹੋ ਗਿਆ। ਬਿਲਕੁਲ ਤੇ ਇਹਨੂੰ ਤਹਿ ਤੱਕ ਲੈ ਕੇ ਜਾਣਾ ਕਿਸੇ ਹੱਦ ਤੱਕ। ਮੈਂ ਕੱਲ ਵੀ ਇੱਕ ਪਰਸੋਂ ਬਿਆਨ ਦਿੱਤਾ, ਮੈਂ ਰਾਜਨੀਤੀ ਹੋਵੇ ਨਾ ਹੋਵੇ ਬਥੇਰੀ ਕਰ ਲਈ, ਸਾਰਾ ਕੁਝ ਦੇਖ ਲਿਆ, ਪਰ ਇਹ ਬੰਦਿਆਂ ਨੂੰ ਨਹੀਂ ਛੱਡਣਾ ਜਿਨ੍ਹਾਂ ਦੇ ਕਰਕੇ ਬੱਚੇ ਮਰੇ ਨੇ। ਕੀ ਲੱਗਦਾ ਤੁਹਾਨੂੰ ਮੌਜੂਦਾ ਸਰਕਾਰ ਇਸ ਤਹਿ ਤੱਕ ਪਹੁੰਚ ਪਾਊਗੀ, ਕਿਉਂਕਿ ਇੱਛਾ ਸ਼ਕਤੀ ਦੇਖੋ ਬਹੁਤ ਰੱਖਦੀ ਹੈ ਸਰਕਾਰ? ਦੇਖੋ ਜੀ ਮੌਜੂਦਾ ਸਰਕਾਰ ਪਹੁੰਚੇ ਨਾ ਪਹੁੰਚੇ, ਮੈਂ ਉਹ ਟੈਂਕਰ ਵਾਲੇ ਫੜ ਕੇ ਹਾਈਕੋਰਟ ਦੇ ਵਿੱਚ ਲੈ ਜਾਣਾ ਜੀ, ਮੈਂ ਅਫਸਰ ਨਹੀਂ ਛੱਡਣੇ ਜਿਹੜੇ ਕੋਈ ਜ਼ਿੰਮੇਵਾਰੀ ਇਹਦੀ ਤੈਅ ਹੋ। ਸਿੱਧੀ ਗੱਲ ਪੰਜਾਬੀ ਚ ਜੀ, ਇੱਦੋਂ ਵੱਡਾ ਕਹਿਰ ਕੀ ਦੇਖਾਂਗੇ? ਮਾਵਾਂ ਦੇ ਪੁੱਤ ਮਰ ਗਏ, ਪੁੱਤ ਛੋਟੇ ਛੋਟੇ ਬੱਚੇ ਮਰ ਗਏ, ਇੱਕ ਗਰੀਬ ਆਦਮੀ ਦੁੱਧ ਵੇਚਣ ਵਾਲਾ ਵਿਚਾਰਾ, ਮੇਰਾ ਬੜਾ ਪੁਰਾਣਾ ਸਪੋਰਟਰ ਸੀ, ਮੇਰੇ ਸਾਹਮਣੇ ਉਹਦੀ ਲਾਸ਼ ਚਲੇ ਗਈ। ਅੱਛਾ ਗਿਆਸਪੁਰਾ ਸਾਹਿਬ ਥੋੜਾ ਜਿਹਾ ਐਕਸਪਲੇਨ ਕਰਿਓ, ਵੈਸੇ ਤਾਂ ਇੱਕ ਦਰਦਨਾਕ ਘਟਨਾ ਹੈ ਜਦੋਂ ਸੀਨ ਸਾਹਮਣੇ ਆਉਂਦਾ ਸਾਰਿਆਂ ਦੇ ਲੋਕ ਕੰਡੇ ਖੜੇ ਹੁੰਦੇ ਨੇ, ਇਹ ਜਿਹੜੀਆਂ ਮੌਤਾਂ ਹੋ ਰਹੀਆਂ ਸੀ ਇਹ ਕਿਸ ਤਰ੍ਹਾਂ ਹੋ ਰਹੀਆਂ ਸੀ? ਸਾਹ ਘੁੱਟਣ ਨਾਲ ਹੋ ਰਹੀਆਂ ਸੀ, ਕਿਸ ਤਰ੍ਹਾਂ ਹੋ ਰਹੀਆਂ ਸੀ? ਜਦੋਂ ਉਹ ਬੰਦੇ ਬਾਹਰ ਆਉਂਦੇ ਸੀ, ਸਾਹ ਜਦੋਂ ਆਉਂਦਾ ਸੀ, ਸਾਹ ਦੇ ਨਾਲ ਤਿਲ ਮਿਲਾ ਕੇ ਜਿਵੇਂ ਆਪਾਂ ਕਹਿੰਦੇ ਕੰਬਣੀ ਛੱਡ ਕੇ ਥੱਲੇ ਡਿੱਗ ਪੈਂਦੇ ਸੀ, ਮਤਲਬ ਤੜਫ ਕੇ ਗਿਰਨਾ ਇਨਸਾਨ, ਤੜਫ ਕੇ ਥੱਲੇ ਡਿੱਗ ਪੈਂਦੇ ਸੀ। ਜਿਹੜਾ ਬੰਦਾ ਉਹਨੂੰ ਚੱਕਣ ਮੁਲਾਜ਼ਮ ਵੀ ਗਏ ਆ ਪਹਿਲਾਂ ਪੁਲਿਸ ਦੇ ਵਿਚਾਰੇ, ਉਹ ਵੀ ਥੱਲੇ ਡਿੱਗ ਪਏ ਦੋਨੇ। ਹਾਂ ਦੁਖਦਾਈ ਬੜੀ, ਮੌਤ ਅੱਖਾਂ ਦੇ ਸਾਹਮਣੇ ਮੌਤਾਂ ਹੋਈਆਂ ਮੇਰੇ ਤੇ ਐਮਐਲਏ ਦੇ। ਅੱਛਾ ਇੱਕ ਹੋਰ ਦੱਸੋ, ਜਿਹੜਾ ਇਹ ਜਿਹੜੇ ਹੁਣ ਇਲਾਜ ਅਧੀਨ ਨੇ, ਕਿੰਨੇ ਕੁ ਲੋਕ ਨੇ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਗਿਆਸਪੁਰਾ ਸਾਹਿਬ? ਇਹ ਦੇਖੋ ਜੀ ਬਾਲਾ ਕੈਜੁਅਲਿਟੀ, ਕਿਉਂਕਿ ਇਹ ਸੀਵਰੇਜ ਦੇ ਢੱਕਣ ਤੋਂ ਢੱਕਣ 70 ਫੁੱਟ ਹੁੰਦਾ, ਹਾਂਜੀ, ਉਹ 70 ਫੁੱਟ ਦੇ ਵਿੱਚ ਹੀ ਜੇ ਸਵੇਰ ਸੀਗੀ, ਜ਼ਿਆਦਾ ਰਸ਼ ਵੀ ਨਹੀਂ ਹੋਇਆ, ਔਰ ਜਲਦੀ ਪੁਲਿਸ ਨੇ ਕੰਟਰੋਲ ਕੀਤਾ ਉੱਥੇ ਆ ਕੇ, ਕਿਉਂਕਿ ਉਹਨਾਂ ਨੇ ਸੀਲ ਕਰਤਾ ਸਾਰਾ ਏਰੀਆ, ਉਹਦੇ ਕਰਕੇ ਬਹੁਤ ਹੀ ਵੱਡੀ ਬਚਾਅ ਹੋ ਗਿਆ, ਤੁਹਾਡਾ ਤਰਾਸ ਦੀ ਬਚਾਅ ਹੋ ਗਿਆ। ਜਿੰਨੇ ਵੀ ਬੰਦੇ 22-23 ਬੱਚੇ ਇੰਜਰਡ ਬੰਦੇ ਇੰਜਰਡ ਹੋਏ ਆ, ਉਹਨਾਂ ਵਿੱਚ ਹੁਣ ਬਾਕੀਆਂ ਦੀ ਹਾਲਤ ਬਿਲਕੁਲ ਠੀਕ ਆ, ਕਿਉਂਕਿ ਜ਼ਿਆਦਾ ਗੈਸ ਨਹੀਂ ਚੜੀ, ਕਿਉਂਕਿ ਗੈਸ ਇੱਕਦਮ ਜਦੋਂ ਆਈ ਜਿਹੜੀ ਜ਼ਹਿਰੀਲੀ ਪਹਿਲੀ ਸੀ, ਜਿਹੜੀ ਪਹਿਲੀ ਹਵਾ 'ਚ ਗੈਸ ਸੀ, ਇੱਕਦਮ ਜ਼ਹਿਰੀਲੀ ਸੀ, ਉਹ ਜਿਹਨੂੰ ਚੜ ਗਈ ਉਹ 12-15 ਜਦੀ ਮੌਕੇ 'ਤੇ ਮਰ ਗਏ, ਬਾਕੀ ਉਹ ਗੈਸ ਫੈਲਦੀ ਗਈ, ਘੱਟ ਗਈ ਉਹਦੀ ਜ਼ਹਿਰੀਲਾਪਨ, ਅਸੀਂ ਬਚ ਗਏ, ਨਹੀਂ ਤਾਂ ਲੋਕ ਅਵੇਅਰ ਹੋ ਗਏ ਫਿਰ ਨਾ। ਹਾਂ ਲੋਕ ਅਵੇਅਰ ਹੋ ਗਏ, ਜਿਵੇਂ ਅਸੀਂ ਵੀ ਕੋਲ ਹੀ ਖੜੇ ਸੀ, ਅਸੀਂ 50 ਫੁੱਟ 30 ਫੁੱਟ 'ਤੇ ਸੀ, ਬਹੁਤ ਹੀ ਗੰਦਾ ਜੀ, ਹੋਰ ਹੀ ਤਰ੍ਹਾਂ ਦੀ ਸਮੈਲ ਸੀ ਉਹਦੀ, ਬਹੁਤ ਹੀ ਗੰਦੀ ਜੀ ਸਮੈਲ, ਪਤਾ ਲੱਗਦਾ ਸੀ ਵੀ ਇਹ ਕਿਸੇ, ਉਹ ਮੈਂ ਕਹਿੰਦਾ ਵੀ ਕਿਵੇਂ ਲੋਹੇ ਦੀ ਕਿਸੇ ਕਾਟ ਨੂੰ ਮਾਰ ਕੇ, ਜਿਵੇਂ ਆਪਣੇ ਕੋਕਾ ਕੋਲਾ ਵਾਂਗੂ ਪਾਣੀ ਆ, ਉਹੋ ਜਿਹੇ ਪਾਣੀ ਸੀਗਾ ਬਾਹਰ ਕੜਾ। ਅੱਛਾ ਇਹ ਜਿਹੜੀ ਕੈਜੁਅਲਿਟੀ ਹੋਈ ਹੈ, ਕੀ ਉਸ ਟਾਈਮ ਦੇ ਉੱਤੇ ਕੋਈ ਸੀਵਰੇਜ ਨੂੰ ਸਫਾਈ ਚੱਲ ਰਹੀ ਸੀ ਜਾਂ ਕੀ ਕਾਰਨ ਸੀਗਾ? ਨਹੀਂ ਜੀ ਕੋਈ ਸੀਵਰੇਜ ਦੀ ਸਫਾਈ ਨਹੀਂ ਚੱਲ ਰਹੀ, ਸੀਵਰੇਜ ਬਿਲਕੁਲ ਸਾਫ ਸੀਗੇ, ਕਿਉਂਕਿ ਇਹਨਾਂ ਸੀਵਰੇਜਾਂ ਦੀ ਪਹਿਲਾਂ ਹੀ ਸੁਪਰ ਸੈਕਸ਼ਨ ਹੋਈ ਆ, ਹਫਤਾ 10 ਦਿਨ 'ਚ 20 ਦਾ 20 ਫੁੱਟ ਸੀਵਰੇਜ ਖਾਲੀ ਸੀ। ਉਹ ਜਿਹੜੇ ਸਰਗਨਾ ਨੇ ਜੀ ਉਹ ਛੱਡ ਦਿੰਦੇ ਆ ਪਾਣੀ, ਉਹਨਾਂ ਦੀ ਲਾਈਨਾਂ ਵੀ ਥੱਲੇ ਥੱਲੇ ਪਾਈਆਂ ਹੋਈਆਂ ਨੇ ਜੀ। ਇੱਕ ਮੈਂ ਹੀਰੋ ਸਟੀਲ ਦੀ ਲਾਈਨ ਫੜ ਕੇ ਦਿੱਤੀ ਇਹਨਾਂ ਨੂੰ, 30 ਸਾਲ ਪੁਰਾਣੀ ਜੀ, 900 ਮੀਟਰ ਦੀ ਲਾਈਨ ਉਹਨਾਂ ਨੇ ਪਾ ਕੇ ਪਾਣੀ ਸੱਢਦੇ ਸੀ ਨਿਕਲਦਾ, ਹੀਰੋ ਸਟੀਲ ਵਾਲੇ। ਇਹਨਾਂ ਨੇ ਕੀ ਕੀਤਾ ਵੀ ਜਦੋਂ ਜਸਪਾਲ ਗਿਆਸਪੁਰਾ ਪਿੱਛੇ ਪੈ ਗਿਆ, ਮਹਾਰਾਜ ਦੀ ਮਿਹਰ ਨੇ ਇਹਨੇ ਪੈਸੇ ਨਹੀਂ ਲਾਣੇ, ਉਹਨੂੰ 10 ਲੱਖ ਰੁਪਇਆ ਜੁਰਮਾਨਾ ਕਰਕੇ ਛੱਡਤਾ। ਹੀਰੋ ਸਟੀਲ ਵਾਲਿਆਂ ਦੀ ਮੈਂ 900 ਮੀਟਰ ਦੀ ਲਾਈਨ ਫੜ ਕੇ ਦਿੱਤੀ ਵੀ ਥੱਲਿਓ ਪਾਈ ਸੀ ਉਹਦੀ,
ਪਿੱਛੋਂ ਪਾ ਕੇ ਉਹਨੂੰ ਲਿਆ ਕੇ ਸੀਵਰੇਜ ਸਿੱਟੀ ਸੀ, ਮੈਂ ਫੜ ਕੇ ਦਿੱਤੀ 6 ਮਹੀਨੇ ਪਹਿਲਾਂ, ਉਹਨੂੰ 10 ਲੱਖ ਰੁਪਏ ਜੁਰਮਾਨਾ ਕਰਕੇ ਛੱਡਤਾ। ਜੀ ਮੈਂ ਅਫਸਰਾਂ ਨੂੰ ਰੌਲਾ ਪਾਵਾਂ, 30 ਸਾਲ ਦੀ ਇਹਨੇ ਲਾਈਨ ਫੜ ਕੇ ਦਿੱਤੀ ਆ, ਉਹ ਏਡੇ ਵੱਡੇ ਹੀਰੋ ਸਟੀਲ ਆ, ਇਹਦੇ ਵਿੱਚ 10 ਲੱਖ ਗਿਣਨਾ, ਇਹਨੂੰ ਹੋਰ ਕਾਰਵਾਈ ਕਰੋ ਵੀ ਇਹਨਾਂ ਨੇ ਚੋਰੀ ਪਾਈ ਕਿਉਂ ਸੀ, ਇਹ ਨਿਕਲਦਾ ਪਾਣੀ ਵਿੱਚ ਪਾਉਂਦੇ ਕਿਉਂ ਸੀ, ਉਹਦਾ ਕੋਈ ਜਵਾਬ ਹੀ ਨਹੀਂ ਆ। 10 ਲੱਖ ਬਿਆਨਾ ਜੁਰਮਾਨਾ ਕੀਤਾ, ਛੱਡਤਾ ਉਹਨੂੰ ਹੀਰੋ ਸਟੀਲ ਵਾਲਿਆਂ ਨੇ। ਜੀ ਤੇ ਇਹਦਾ ਵੀ ਜਾਫਰ ਇਹਨਾਂ ਨੂੰ ਆਂਸਰ ਸਾਹਿਬ, ਪੁੱਛੋ ਜੀ। ਜਿਹੜਾ ਇਲਾਜ ਪ੍ਰਸ਼ਾਸਨ ਵੱਲੋਂ ਚੱਲ ਰਿਹਾ, ਜਾਂਚ ਜਿਹੜੀ ਚੱਲ ਰਹੀ ਹੈ, ਜਿਸ ਤਰ੍ਹਾਂ ਸਰਕਾਰ ਦਾ ਰੁੱਖ ਹੈ ਪਿਛਲੇ 24 ਘੰਟਿਆਂ ਤੋਂ, ਤੁਸੀਂ ਵਿਰੋਧੀ ਧਿਰ ਦੇ ਆਗੂ ਹੋ, ਕੀ ਜੀ ਸੰਤੁਸ਼ਟ ਹੋ ਤੁਸੀਂ ਇਸ ਚੀਜ਼ ਤੋਂ? ਦੇਖੋ ਜੀ, ਹਜੇ ਤਾਂ ਕੋਈ ਜਾਂਚ ਸ਼ੁਰੂ ਨਹੀਂ ਹੋਈ, ਮੈਂ ਸੰਤੁਸ਼ਟਾ ਕੀ ਹੈ ਜੀ, ਕੁਝ ਜੀ ਕਰਕੇ ਦਿਖਾਉਣਗੇ ਜਿਹੜਾ ਫਿਰ ਪਤਾ ਇਲਾਜ ਲੱਗੇ। ਜਾਂ ਮੌਕਾ ਸਾਂਭਿਆ ਪ੍ਰਸ਼ਾਸਨ ਨੇ, ਫੁਰਤੀ ਉਹ ਦਿਖਾਈ ਹੈ। ਚੰਗੇ, ਉਹ ਚੰਗਾ ਚੰਗਾ ਸੰਭਾਲਿਆ ਉਹਨਾਂ ਨੇ, ਉਹ ਬਿਲਕੁਲ ਸਹੀ ਸੰਭਾਲਿਆ, ਬਿਲਕੁਲ ਸਹੀ ਸੰਭਾਲਿਆ ਉਹਨਾਂ ਨੇ ਜੀ, ਤੇ ਉਹ ਸਹੀ ਬਹੁਤ ਸੰਭਾਲਿਆ। ਪੁਲਿਸ ਦੀ ਜਿਹੜੀ ਪੁਲਿਸ ਨੇ ਜਿਹੜੀ ਉੱਥੇ ਆ ਕੇ ਮੌਕੇ ਤੇ ਬਹੁਤ ਵਧੀਆ ਇੰਤਜ਼ਾਮ ਕੀਤਾ, ਉਹਨਾਂ ਨੇ ਸੀਲ ਕਰਤਾ ਏਰੀਆ, ਬੱਚਿਆਂ ਨੂੰ ਵੀ ਚੱਕ ਕੇ ਲੈ ਗਏ, ਬਾਕੀ ਵੀ ਕਿਤੇ ਫੈਲਿਆ ਨਹੀਂ। ਪਰ ਜੇ ਇਨਕੁਆਇਰੀ ਕਰਨਗੇ ਤਾਂ ਬਹੁਤ ਵੱਡਿਆਂ ਦੇ ਕਾਤਲ ਇਹਨਾਂ ਨੂੰ ਫੜਨਾ, ਜਿਹਨਾਂ ਨੂੰ ਸਾਨੂੰ ਫਾਂਸੀ ਲਾਉਣੀ ਚਾਹੀਦੀ ਆ, ਜਿਹੜੇ ਰੋਜ਼ ਬੱਚਿਆਂ ਨੂੰ ਜ਼ਹਿਰ ਪਿਲਾਉਂਦੇ ਆ, ਵੱਡੇ ਆਦਮੀ ਅਮੀਰ ਆਦਮੀ, ਡਾਇੰਗਾਂ ਬਿਲਕੁਲ ਨੇ ਉਮੀਦ ਵੱਡੀਆਂ ਕਰਦੇ ਆ ਵੱਡੀਆਂ। ਕਿ ਤੁਹਾਡੀ ਆਵਾਜ਼ ਜਿਹੜੀ ਆ ਉਹ ਸਰਕਾਰ ਤੱਕ ਪਹੁੰਚੇ, 100 ਤੋਂ 100% ਨਾ ਪਹੁੰਚੇ ਪਰ ਕੋਰਟਾਂ ਤੱਕ ਜ਼ਰੂਰ ਪਹੁੰਚੂਗੀ, ਇਹ ਜਸਪਾਲ ਸਿੰਘ ਗਿਆਸਪੁਰ ਦਾ ਵਾਅਦਾ। ਮੈਂ ਕੋਰਟ 'ਚ ਜ਼ਰੂਰ ਜਾਊਂਗਾ ਜੇ ਇਹਨਾਂ ਨੇ ਜਾਂਚ ਨਾ ਵਧਾਈ, ਉਹ ਜਾਂਚ ਵੀ 2-4 ਦਿਨ 'ਚ ਸ਼ੁਰੂ ਨਾ ਹੋਈ ਪ੍ਰੈਕਟੀਕਲ, ਤਾਂ ਮੈਂ ਜ਼ਰੂਰ ਹਾਈਕੋਰਟ ਦੇ ਰਾਹੀਂ ਜਾਂਚ ਕਰਾਊਂਗਾ ਇਹਦੀ। ਬਹੁਤ ਧੰਨਵਾਦ ਗਿਆਸਪੁਰ ਸਾਹਿਬ, ਰੇਡੀਓ ਚੈਨਲ ਪਰਦੇਸੀ ਨਾਲ ਤੁਸੀਂ ਸਾਂਝ ਬਣਾਈ ਹੈ, ਔਰ ਇਹ ਜਿਹੜੀ ਦੁੱਖ ਦੀ ਜਿਹੜੀ ਇੱਕ ਘਟਨਾ ਸੀ, ਮਹਾਰਾਜ ਨੂੰ ਅਪਸਤਾਪਰ ਨੂੰ ਅਰਦਾਸ ਕਰਨੀ ਚਾਹੀਦੀ ਹੈ, ਬੱਚਿਆਂ ਦਾ ਜਿਹੜੇ ਵਿਚਾਰ ਵਾਹਿਗੁਰੂ ਉਹਨਾਂ ਨੂੰ ਸ਼ਾਂਤੀ ਬਖਸ਼ੇ, ਪਰਮਾਤਮਾ ਇਹਨਾਂ ਨੂੰ ਸਜ਼ਾ ਦੇਵੇ ਜਿੰਨਾ ਬੰਦੇ ਨੇ। ਜੀ ਜੀ ਬਿਲਕੁਲ, ਬਹੁਤ ਧੰਨਵਾਦ ਗਿਆਸਪੁਰ ਸਾਹਿਬ ਜੁੜਨ ਦੇ ਲਈ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।